ਥੋੜਾ ਜਿਹਾ ਕਰਮ ਵਾਲਾ ਉਹ ਫਿਰ ਮੈਂ ਕਮਜ਼ੋਰ ਹਾਂ, ਨਜ਼ਰ ਪੈਸੇ ਵਿੱਚ ਟੁਰ ਜਾਂਦੀ। ਹੋਰ ਪੂਰੇ ਪਾਕਿਸਤਾਨ ਨੂੰ ਬੜਾ ਲੁੱਟਿਆ ਥੋੜੀ ਗੱਪ ਛੱਪ ਲਾਈ, ਕੋਈ ਸਮਝ ਆਈ ਨਹੀਂ ਆਏ। ਨਾਲੇ ਇੱਕ ਘਰ ਦੇ ਡੇਣ ਵੀ ਮਿਲਾਉਂਦੀ ਕੀ ਖਿਆਲ ਹੈ ਮਨਜ਼ੂਰ? ਮੈਂ ਆਖਿਆ ਇੱਕ ਘਰ ਦੇ ਡੇਣ ਵੀ ਮਿਲਾਉਂਦੀ। ਤੈਨੂੰ ਮਨਜ਼ੂਰ ਇੱਕ ਗੱਲ ਦੱਸਾਂ, ਕਿਵੇਂ ਪੁੱਛਿਆ ਭਾਈ ਸਭ ਤੋਂ ਵੱਡੀ ਬਲਾ ਮੁਸੀਬਤ ਕੀ ਹੈ? ਬੰਦੇ ਕਹਿ ਆਖਿਆ ਫਲਾਣਾ 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 ਫਲਾਣੀ ਮੁਸੀਬਤ ਫਲਾਣੀ ਮੁਸੀਬਤ। ਉਹਨਾਂ ਆਖਿਆ ਇਹਨਾਂ ਚੋਂ ਤਾਕਤਵਰ ਚੀਜ਼ ਕੀ ਹੈ? ਉਹਨਾਂ ਆਖਿਆ ਭਾਈ ਜੀ ਸਦਕਾ ਜਿਹੜਾ ਸਾਰੀਆਂ ਬਲਾਵਾਂ ਨੂੰ ਗਾਇਬ ਕਰ ਦਿੰਦਾ। ਉਹਨੇ ਕਿਹਾ ਇਹ ਤੋਂ ਵੱਡੀ ਬਲਾ ਕਿਹੜੀ? ਉਹਨੇ ਇੱਕ ਸ਼ੈ ਜਿਹੜੀ ਸਦਕੇ ਨੂੰ ਖਾ ਜਾਂਦੀ, ਉਹ ਸ਼ੈ ਹੁੰਦੀ ਹੈ, ਸ਼ੈ ਠੀਕ ਹੈ।